ਨਵੇਂ ਸਾਲ ਦਾ ਜਸ਼ਨ ਜਾਂ ਵਰੇਗੰਢ ਕੇਕ ਤੋਂ ਬਿਨਾਂ ਕੁਝ ਵੀ ਪੂਰਾ ਨਹੀਂ ਹੁੰਦਾ। ਇੱਥੋਂ ਤੱਕ ਕਿ ਕਾਰਪੋਰੇਟ ਕੰਪਨੀਆਂ ਵੀ ਅਜਿਹੇ ਮੌਕਿਆਂ ਲਈ ਕੇਕ ਪ੍ਰਾਪਤ ਕਰਦੀਆਂ ਹਨ। ਬਾਜ਼ਾਰ ਵਿੱਚ ਕੇਕ ਦਾ ਬਹੁਤ ਵਾਧਾ ਹੋਇਆ ਹੈ ਅਤੇ ਤੁਹਾਨੂੰ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਡਿਜ਼ਾਈਨਾਂ ਵਾਲੇ ਕੇਕ ਮਿਲਦੇ ਹਨ ਜੋ ਬਣਾਉਣਾ ਬਹੁਤ ਆਸਾਨ ਹੈ। ਤੁਸੀਂ ਵੱਖ-ਵੱਖ ਕਿਸਮਾਂ ਦੀ ਮਦਦ ਨਾਲ ਇੱਕ ਅਨੁਕੂਲਿਤ ਕੇਕ ਪ੍ਰਾਪਤ ਕਰ ਸਕਦੇ ਹੋ ਅਤੇ ਇਹਨਾਂ ਨੂੰ ਬਾਜ਼ਾਰ ਵਿੱਚ ਚੰਗੇ ਰੇਟਾਂ ਨਾਲ ਵੇਚ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਕੇਕ ਬਣਾਉਣ ਦਾ ਕਾਰੋਬਾਰ ਕਿਵੇਂ ਸ਼ੁਰੂ ਕਰ ਸਕਦੇ ਹੋ ਅਤੇ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕਿੰਨੇ ਪੂੰਜੀ ਨਿਵੇਸ਼ ਦੀ ਲੋੜ ਹੋਵੇਗੀ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਇੱਕ ਪਲੈਂਟਰੀ ਮਿਕਸਰ ਦੀ ਲੋੜ ਪਵੇਗੀ ਅਤੇ ਕੱਚੇ ਮਾਲ ਨੂੰ ਸਹੀ ਢੰਗ ਨਾਲ ਮਿਲਾਉਣ ਲਈ ਇੱਕ ਡਿਕ ਓਵਨ ਪਲੈਂਟਰੀ ਮਿਕਸਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਕੀਮਤ ਮਸ਼ੀਨ ਦੀ ਸਮਰੱਥਾ ਉੱਤੇ ਨਿਰਭਰ ਕਰਦੀ ਹੈ। ਤੁਸੀਂ ਇਸ ਮਿਸ਼ਰਣ ਨੂੰ ਲਗਭਗ 50,000 ਤੋਂ 1.5 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ। ਬਾਜ਼ਾਰ ਤੋਂ ਡਿਕ ਓਵਨ ਦੀ ਵਰਤੋਂ ਕੇਕ ਨੂੰ ਪਕਾਉਣ ਲਈ ਕੀਤੀ ਜਾਂਦੀ ਹੈ ਜਿਸ ਦੀ ਕੀਮਤ ਮਸ਼ੀਨਾਂ ਦੀ ਸਮਰੱਥਾ ਉੱਤੇ ਨਿਰਭਰ ਹੁੰਦੀ ਹੈ। ਤੁਸੀਂ ਇਸ ਓਵਨ ਨੂੰ ਬਾਜ਼ਾਰ ਤੋਂ ਲਗਭਗ 1.5 ਲੱਖ ਤੋਂ 2.5 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ। ਇਹਨਾਂ ਦੋ ਮਸ਼ੀਨਾਂ ਤੋਂ ਇਲਾਵਾ ਤੁਹਾਨੂੰ ਕੁਝ ਕਿਸਮਾਂ ਦੇ ਉਪਕਰਨਾਂ ਦੀ ਵੀ ਲੋੜ ਹੋਵੇਗੀ ਜਿਵੇਂ ਤੋਲਣ ਦਾ ਪੈਮਾਨਾ, ਮਾਪਣ ਵਾਲਾ ਕੱਪ, ਔਜ਼ਾਰ, ਬੈਲੂਨ ਵਿਜ, ਰਬੜ ਦੀ ਸਿੱਪੀ, ਕੇਕ ਦੀ ਸਜਾਵਟ ਲਈ ਨੁਕੀਲੇ ਚਾਕੂ, ਵੱਖ-ਵੱਖ ਆਕਾਰਾਂ ਲਈ ਤਵਾ, ਰੋਟੀ ਚਾਕੂ ਆਦਿ। ਕੇਕ ਬਣਾਉਣ ਲਈ ਤੁਹਾਨੂੰ ਅੰਡੇ, ਮੈਦਾ, ਕੋਕੋ ਪਾਊਡਰ, ਚੀਨੀ, ਮੱਖਣ, ਬੇਕਿੰਗ ਪਾਊਡਰ, ਵਨੀਲਾ ਤੱਤ, ਬੇਕਿੰਗ ਪੇਪਰ ਅਤੇ ਪੈਕੇਜਿੰਗ ਸਮੱਗਰੀ ਦੀ ਲੋੜ ਹੋਵੇਗੀ। ਕੇਕ ਬਣਾਉਣ ਲਈ ਪਹਿਲਾ ਕਦਮ ਬੁਨਿਆਦ ਬਣਾਉਣਾ ਹੈ ਜਿਸ ਨੂੰ ਸੋਖਣ ਵਜੋਂ ਵੀ ਜਾਣਿਆ ਜਾਂਦਾ ਹੈ। ਤੁਸੀਂ ਆਪਣੀ ਵਿਅੰਜਨ ਦੇ ਅਨੁਸਾਰ ਸਮੱਗਰੀ ਸ਼ਾਮਲ ਕਰ ਸਕਦੇ ਹੋ। ਸਭ ਤੋਂ ਪਹਿਲਾਂ ਓਵਨ ਨੂੰ 175 ਡਿਗਰੀ ਤੇ ਗਰਮ ਕੀਤਾ ਜਾਵੇਗਾ ਅਤੇ ਫਿਰ ਸਾਰੇ ਕੱਚੇ ਮਾਲ ਨੂੰ ਇਸ ਵਿੱਚ ਜੋੜਿਆ ਜਾਵੇਗਾ। ਮਿਸ਼ਰਣ ਅਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਮਿਸ਼ਰਣ ਨੂੰ ਕੇਕ ਤਵੇ ਵਿੱਚ ਡੋਲਿਆ ਜਾਂਦਾ ਹੈ ਅਤੇ ਸਪੰਜ ਤਿਆਰ ਕਰਨ ਤੋਂ ਬਾਅਦ 25 ਮਿੰਟ ਲਈ ਬਣਾਉਣ ਲਈ 190 ਡਿਗਰੀ ਉੱਤੇ ਓਵਨ ਵਿੱਚ ਰੱਖਿਆ ਜਾਂਦਾ ਹੈ। ਸਪੰਜ ਨੂੰ ਤਿਆਰ ਕਰਨ ਤੋਂ ਬਾਅਦ ਇਸ ਦੀ ਲੇਅਰਿੰਗ ਬਣਦੀ ਹੈ ਅਤੇ ਇਸ ਤੇ ਬਰਾਬਰ ਮਾਤਰਾ ਵਿੱਚ ਕਰੀਮ ਫੈਲਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਤੁਸੀਂ ਆਪਣੇ ਗ੍ਰਾਹਕ ਦੀ ਮੰਗ ਦੇ ਅਨੁਸਾਰ ਕੇਕ ਨੂੰ ਡਿਜ਼ਾਈਨ ਕਰ ਸਕਦੇ ਹੋ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਲਗਭਗ 800 ਤੋਂ 1,000 ਵਰਗ ਫੁੱਟ ਜ਼ਮੀਨ ਦੀ ਲੋੜ ਪਵੇਗੀ ਜਿਸ ਵਿੱਚ ਕੱਚਾ ਮਾਲ, ਸਟੋਰ ਰੂਮ ਅਤੇ ਮਸ਼ੀਨ ਸ਼ਾਮਲ ਹੋਵੇਗੀ। ਤੁਸੀਂ ਇਸ ਕਾਰੋਬਾਰ ਨੂੰ ਆਪਣੇ ਬਜਟ ਦੇ ਅਨੁਸਾਰ ਕਿਸੇ ਵੀ ਪੈਮਾਨੇ ਉੱਤੇ ਸ਼ੁਰੂ ਕਰ ਸਕਦੇ ਹੋ। ਤੁਸੀਂ ਆਪਣੇ ਡਿਜ਼ਾਈਨ ਕੀਤੇ ਕੇਕ ਦੀਆਂ ਤਸਵੀਰਾਂ ਖਿੱਚ ਸਕਦੇ ਹੋ ਅਤੇ ਨਜ਼ਦੀਕੀ ਬੇਕਰੀਆਂ ਨਾਲ ਸੰਪਰਕ ਕਰ ਸਕਦੇ ਹੋ। ਜ਼ਿਆਦਾਤਰ ਬੇਕਰੀਆਂ ਮੰਗ ਦੇ ਅਨੁਸਾਰ ਕੇਕ ਆਰਡਰ ਕਰਦੀਆਂ ਹਨ ਅਤੇ ਇਸ ਤਰ੍ਹਾਂ ਤੁਸੀਂ ਆਰਡਰ ਦੇ ਅਨੁਸਾਰ ਆਪਣਾ ਕੇਕ ਵੇਚ ਸਕਦੇ ਹੋ। ਤੁਸੀਂ ਪ੍ਰਾਈਵੇਟ ਕੰਪਨੀਆਂ, 5-ਤਾਰਾ ਹੋਟਲਾਂ, ਰੈਸਟੋਰੈਂਟਾਂ ਅਤੇ ਈਵੈਂਟ ਕੰਪਨੀਆਂ, ਵਿਆਹ ਯੋਜਨਾਕਾਰ ਆਦਿ ਨਾਲ ਵੀ ਸੰਪਰਕ ਕਰ ਸਕਦੇ ਹੋ। ਤੁਸੀਂ ਪਰਚੇ ਜਾਂ ਆਨਲਾਈਨ ਮਾਰਕੀਟਿੰਗ ਰਾਹੀਂ ਡਿਜ਼ਾਈਨਰ ਕੇਕ ਵੀ ਸਪਲਾਈ ਕਰ ਸਕਦੇ ਹੋ। ਬਾਜ਼ਾਰ ਵਿੱਚ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਮਸ਼ੀਨਾਂ ਦੇ ਖਾਟ ਲਗਭਗ 3-4 ਲੱਖ ਰੁਪਏ ਹੋਣਗੇ। ਕਾਰਜਸ਼ੀਲੀ ਪੂੰਜੀ ਨੂੰ ਸ਼ਾਮਲ ਕਰਨ ਤੋਂ ਬਾਅਦ ਤੁਸੀਂ ਇਸ ਕਾਰੋਬਾਰ ਨੂੰ 6-8 ਲੱਖ ਰੁਪਏ ਨਾਲ ਸ਼ੁਰੂ ਕਰ ਸਕਦੇ ਹੋ। ਕੇਕ ਦੀ ਮੰਗ ਹਮੇਸ਼ਾ ਵੱਧ ਹੁੰਦੀ ਹੈ। ਹਰ ਮੌਕੇ ਲਈ ਲੋਕ ਪਸੰਦੀਦਾ ਕੇਕ ਪ੍ਰਾਪਤ ਕਰਦੇ ਹਨ। ਜੇਕਰ ਤੁਸੀਂ ਪ੍ਰਤੀ ਦਿਨ 20-25 ਕੇਕ ਤਿਆਰ ਕਰਦੇ ਹੋ ਤਾਂ ਇਸ ਨੂੰ ਲਗਭਗ 500-600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਵੇਚੋ। ਫਿਰ ਪਰਿਵਰਤਨ ਲਾਗਤ ਨੂੰ ਘਟਾਉਣ ਤੋਂ ਬਾਅਦ ਤੁਸੀਂ ਪ੍ਰਤੀ ਦਿਨ ਲਗਭਗ 4,000-5,000 ਰੁਪਏ ਦਾ ਮੁਨਾਫਾ ਕਮਾ ਸਕਦੇ ਹੋ। ਤੁਸੀਂ ਪ੍ਰਤੀ ਦਿਨ ਲਗਭਗ 6,000-7,000 ਰੁਪਏ ਦਾ ਮੁਨਾਫਾ ਵੀ ਕਮਾ ਸਕਦੇ ਹੋ। ਮਾਨਵ ਸ਼ਕਤੀ ਦੀ ਗੱਲ ਕਰੀਏ ਤਾਂ ਇਹ ਪੂਰੀ ਤਰ੍ਹਾਂ ਤੁਹਾਡੇ ਕਾਰੋਬਾਰ ਦੇ ਹਿਸਾਬ ਉੱਤੇ ਨਿਰਭਰ ਕਰਦਾ ਹੈ। ਤੁਸੀਂ ਇਸ ਕਾਰੋਬਾਰ ਨੂੰ 1-2 ਹੁਨਰਮੰਦ ਕਾਮਿਆਂ ਨਾਲ ਸ਼ੁਰੂ ਕਰ ਸਕਦੇ ਹੋ। ਪੀ
IMFMEE स्कीम दीआं विशेषतावां हन। यह एक आल इंडिया केंद्रीय स्पॉन्सर्ड स्कीम है जिथे इस स्कीम के अधीन खर्चे भारत सरकार अते राज सरकार विचकार सांझे कीते जाणगे। इस स्कीम की कुल म्याद 5 साल 2021 तो 2024-25 तक है। इस राही 2 लाख माइक्रो फूड प्रोसैसिंग यूनिटा नूं सिद्धी सहायता प्रदान की जाएगी अते उन्हां नूं वित्ती तकनीकी दुकानदारी अते ब्रांडिंग सहायता विच सहायता मिलेगी। इस दे नाल ही व्यक्तिगत इकाइयां नूं 35% तक क्रैडिट लिंकड ग्रांट मिलेगी। वध तों वध सबसिडी प्रति एंटरप्राइज 10 लाख रुपए तक हो सकती है। लाभपात्रियों का योगदान वध तों वध 10% होना चाहिए है अते बाकी रकम बैंक तों लोन होनी चाहिए है। यह स्कीम पूंजी निवेश लई 35% क्रैडिट लिंकड ग्रांट FPO SHG उत्पादक सहकारी सभावां दे नाल समुची मुल लड़ी दे नाल सहायता प्रदान करेगी। सिखलाई सहायता अते 35% दी क्रैडिट ग्रांट भी प्रदान कीती जांदी है। स्वै सहायता समूह SHG लई फेडरेशन पद्धर ते रुपए की शुरुआती पूंजी मिलेगी 40,000 प्रति मैंबर। इस स्कीम दे तहत एक सांझी प्रोसैसिंग सहूलत प्रयोगशाला इनक्यूबेशन सेंटर गोदाम कोल्ड स्टोरेज आदि नूं आम बुनियादी ढांचे लई 35% क्रैडिट लिंकड ग्रांट मिलेगी। फूड प्रोसैसिंग उद्योग मंत्रालय दे अधीन तुसी मंत्रालयां दी वैबसाइट www.mofpi.nic.in/PMFMEE उत्ते PMFMEE स्कीम बारे विस्तृत जानकारी प्राप्त कर सकदे हो। PMFMEE स्कीम अते ऑपरेशन ग्रीनज़ बारे जानकारी प्राप्त करने लई तुसी 0130221089 उत्ते संपर्क कर सकदे हो। ਤੁਸੀਂ NIFTEM ਵੈਬਸਾਈਟ ਉੱਤੇ PMFMEE ਲਿੰਕ ਉੱਤੇ ਫੂਡ ਪ੍ਰੋਸੈਸਿੰਗ ਉਦਯੋਗ ਬਾਰੇ ਉਦਯੋਗਿਕ ਜਾਣਕਾਰੀ ਅਤੇ ਵੀਡੀਓ ਪ੍ਰਾਪਤ ਕਰ ਸਕਦੇ ਹੋ। ਧੰਨਵਾਦ।